ਸੱਚੇ ਅਕਾਲ ਸਭ ਮੈਂ ਗੁਰਪ੍ਰੀਤ ਸਿੰਘ ਤੁਸੀਂ ਜੁੜ ਚੁੱਕੇ ਹੋ ਪਹਿਲਾਂ ਭਾਰਤ ਨਿਊਜ਼ ਦੇ ਨਾਲ ਅਸੀਂ ਮੌਜੂਦ ਹਾਂ ਬਾਬਾ ਭੁੰਮਣ ਸਿੰਘ ਚੌਂਕ ਵਿੱਚ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇਹ ਉਹ ਰੋਡ ਹੈ ਜਿੱਥੇ ਕਿ ਬਿਜਲੀ ਮੰਤਰੀ ਅਤੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਦਾ ਨਿਵਾਸ ਹੈ ਅਤੇ ਕੱਲ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਜਿਸ ਵਿੱਚ ਜਿਹੜਾ ਆ ਰਣਜੀਤ ਸਿੰਘ ਚੌਟਾਲਾ ਦੀ ਜਿਹੜੀ ਕੋਠੀ ਹੈ ਉਸ ਨੂੰ ਘੇਰਨ ਦਾ ਜਿਹੜਾ ਆ ਕੱਲ੍ਹ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਤਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਆ ਪੂਰੀ ਸਖ਼ਤੀ ਵਰਤੀ ਗਈ ਹੈ ਅਤੇ ਇੱਥੇ ਜਿਹੜਾ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਸਾਧਨ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਭੁੰਮਣ ਸਿੰਘ ਚੌਂਕ ਤੋਂ ਸਿੱਧੀਆਂ ਲਾਈਵ ਤਸਵੀਰਾਂ ਤਸਵੀਰਾਂ ਦਿਖਾ ਰਹੇ ਹਾਂ ਬਾਬਾ ਭੁੰਮਣ ਸਿੰਘ ਚੌਂਕ ਤੋਂ ਜਿੱਥੇ ਕਿ ਬੈਰੀਕੇਡ ਜਿਹੜਾ ਲਾਏ ਗਏ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਸਖ਼ਤੀ ਕੀਤੀ ਗਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਜਕਰਤਾ ਨੇ ਉਹਨਾਂ ਵੱਲੋਂ ਜਿਹੜਾ ਬੈਰੀਕੇਡ ਤੋੜੇ ਗਏ ਨੇ ਤੋੜੇ ਜਾ ਰਹੇ ਨੇ ਅਤੇ ਜਿਹੜਾ ਝੜਪ ਹੁੰਦੀ ਦਿਖਾਈ ਦੇ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਨਾਲ ਤਾਂ ਜਿਹੜਾ ਆ ਬੈਰੀਕੇਡ ਦੇ ਉੱਤੋਂ ਦੀ ਹੋ ਕੇ ਜਿਹੜਾ ਆ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਜਕਰਤਾ ਨੇ ਉਹ ਪੁਲਿਸ ਦੇ ਉੱਪਰ ਜਿਹੜਾ ਆ ਦਬਕਾ ਮਾਰ ਰਹੇ ਨੇ ਭੜਕ ਰਹੇ ਨੇ ਤਾਂ ਉੱਥੇ ਜਿਹੜਾ ਆ ਪਹਿਲਾਂ ਭੁੰਮਣ ਸਿੰਘ ਚੌਂਕ ਵਿੱਚ ਵਾਟਰ ਕੈਨਨ ਅਤੇ ਜਿਹੜਾ ਆ ਆਸੂ ਗੈਸ ਵਾਲੇ ਸਾਧਨ ਵੀ ਜਿਹੜੇ ਉਹ ਸੱਦੇ ਗਏ ਸੀ ਤਾਂ ਇਸ ਟਾਈਮ ਜਿਹੜਾ ਆ ਚੌਧਰੀ ਰਣਜੀਤ ਸਿੰਘ ਦੀ ਕੋਠੀ ਕੋਲ ਵੀ ਜਿਹੜਾ ਆ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ ਤਾਂ ਜਿਹੜਾ ਤੁਸੀਂ ਤੁਹਾਨੂੰ ਦਿਖਾ ਰਹੇ ਹੋ ਸਿੱਧੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਹੀ ਹੈ ਝੜਪ ਇੱਥੇ ਜਿਹੜਾ ਆ ਪ੍ਰਸ਼ਾਸਨ ਉੱਪਰ ਵੀ ਜਿਹੜਾ ਆ ਸਵਾਲ ਉੱਠ ਰਹੇ ਨੇ ਕਿ ਇੰਨੀ ਸਖ਼ਤਾਈ ਦੇ ਬਾਵਜੂਦ ਵੀ ਜਿਹੜਾ ਆ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਡਿਪਟੀ ਸੀਐਮ ਦੁਸ਼ਾਂਤ ਚੌਟਾਲਾ ਦੀ ਕੋਠੀ ਕੋਲ ਜਿਹੜਾ ਪਹੁੰਚ ਚੁੱਕੇ ਨੇ ਕਿਸਾਨੀ ਅੰਦੋਲਨ ਤੋਂ ਬਾਅਦ ਜਿਹੜਾ ਆ ਫਿਰ ਇੱਕ ਵਾਰ ਇੰਨਾ ਜਿਹੜਾ ਆ ਵੱਡਾ ਇਕੱਠ ਦੇਖਣ ਨੂੰ ਮਿਲਿਆ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜੋ ਕਿ ਡਿਪਟੀ ਸੀਐਮ ਅਤੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਦੀ ਕੋਠੀ ਕੋਲ ਜਿਹੜਾ ਆ ਇੱਕ ਬਹੁਤ ਹੀ ਵੱਡਾ ਭਾਰੀ ਇਕੱਠ ਦਿਖਾਇਆ ਗਿਆ ਅਤੇ ਘੇਰਾਓ ਕੀਤਾ ਗਿਆ ਹੈ ਪੂਰਾ ਮੁੱਦਾ ਇਹ ਹੈ ਕਿ ਪੂਰੇ ਬਿਜਲੀ ਦੇ ਪੂਰੇ ਪ੍ਰਦੇਸ਼ ਦੇ ਵਿੱਚ ਬਿਜਲੀ ਦੀ ਸਥਿਤੀ ਜਿਹੜੀ ਮਾੜੀ ਹੈ ਅਡਾਨੀ ਜੀ ਦੀ ਜਿਹੜੀ ਕੰਪਨੀ ਹੈ ਉਹਨੇ 2008 'ਚ ਇੱਕ ਕਰਾਰ ਕੀਤਾ ਸੀ ਉਹ ਟਾਈਮ ਤੋਂ ਪਹਿਲਾਂ ਆਪਦਾ ਕਰਾਰ ਭੰਗ ਕਰ ਚੁੱਕੀ ਹੈ ਔਰ ਤੰਗ ਕਰ ਨਹੀਂ ਚੁੱਕੀ ਉਹਨੂੰ ਕਰਾਇਆ ਜਾ ਰਿਹਾ ਤਾਂ ਕਿ ਉਹਨੂੰ ਬੈਨੀਫਿਟ ਦਿੱਤਾ ਜਾ ਸਕੇ ਉਹਦੇ ਰੇਟ ਵਧਾਏ ਜਾ ਸਕਣ ਔਰ ਜਦੋਂ ਰੇਟ ਵਧਣਗੇ ਉਹਦਾ ਬੋਝ ਹਰਿਆਣੇ ਦੀ ਆਮ ਜਨਤਾ 'ਤੇ ਪਊਗਾ ਅਸੀਂ ਆਮ ਜਨਤਾ ਦੀ ਆਵਾਜ਼ ਨੂੰ ਉਠਾਉਣ ਵਾਸਤੇ ਔਰ ਵਿਰੋਧ ਕਰਨ ਵਾਸਤੇ ਉਸ ਨਜਾਇਜ਼ ਕੰਮ ਦਾ ਇੱਥੇ ਬਿਜਲੀ ਮੰਤਰੀ ਜੀ ਦਾ ਘਿਰਾਓ ਕਰਨ ਆਈ ਸੀ ਉਹ ਉਹਨਾਂ ਨੂੰ ਲੋਕਾਂ ਤੋਂ ਡਰ ਲੱਗਦਾ ਹੈ ਜਨਤਾ ਨੂੰ ਮਿਲਣ ਤੋਂ ਡਰਦੇ ਨੇ ਕੇਵਲ ਵੋਟਾਂ ਵੇਲੇ ਉਹ ਆ ਕੇ ਜਨਤਾ ਦੀਆਂ ਮਿੰਨਤਾਂ ਕਰਦੇ ਨੇ ਅਦਰਵਾਈਜ਼ ਉਹ ਲੋਕਾਂ ਨੂੰ ਮਿਲਣ ਤੋਂ ਡਰਦੇ ਨੇ ਇਸ ਲਈ ਅਸੀਂ ਲੋਕਾਂ ਨੂੰ ਇਹ ਜਗਾਉਣਾ ਚਾਹੁੰਦੇ ਹਾਂ ਕਿ ਇਹੋ ਜਿਹੇ ਨੇਤਾਵਾਂ ਨੂੰ ਵੋਟ ਦੇ ਕੇ ਦੁਬਾਰੇ ਗਲਤੀ ਨਾ ਕਰਿਓ ਕਿਸੇ ਤਰ੍ਹਾਂ ਦਾ ਕੋਈ ਬਲ ਪ੍ਰਯੋਗ ਹੋਇਆ ਤੁਹਾਡੇ ਬਲ ਪ੍ਰਯੋਗ ਨਹੀਂ ਹੋਇਆ ਬਿਲਕੁਲ ਸ਼ਾਂਤੀਪ੍ਰਿਆ ਤਰੀਕੇ ਨਾਲ ਸਾਡਾ ਅੰਦੋਲਨ ਹੋਇਆ ਅਸੀਂ ਆਪਦੇ ਰਾਈਟ ਦੇ ਨਾਲ ਆਏ ਹਾਂ ਜਿੱਥੋਂ ਤੱਕ ਆਏ ਹਾਂ ਸਾਨੂੰ ਕੋਈ ਰੋਕ ਨਹੀਂ ਸਕਿਆ ਉਹ ਸਾਡੇ ਕੋਲ ਆ ਕੇ ਅਧਿਕਾਰੀਆਂ ਨੇ ਗਿਆਪਨ ਲਿਆ ਮੈਂ ਕਾਲਾਵਾਲੀ ਤੋਂ ਹਲਕਾ ਅਧਿਕਸ਼ ਔਰ ਪੂਰੇ ਹਲਕਿਆਂ ਤੋਂ ਪੰਜੇ ਹਲਕਿਆਂ ਦੀ ਟੀਮ ਇੱਥੇ ਆਈਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਵੇਂ ਕਿ ਆਪਣੇ ਰਣਜੀਤ ਸਿੰਘ ਚੌਟਾਲਾ ਬਿਜਲੀ ਮੰਤਰੀ ਉਹਨਾਂ ਨੇ ਸਾਨੂੰ ਘਰਾਂ ਦੇ ਵਿੱਚ ਜਿਵੇਂ ਅੱਜ ਤਪਦੀ ਸੜਕ 'ਤੇ ਬੈਠੇ ਹਾਂ ਉਹੀ ਹਾਲਾਤ ਸਾਡੇ ਘਰਾਂ ਦੇ ਕਰ ਰੱਖੇ ਨੇ ਆਪਾਂ ਏਸੀਆਂ ਦੇ ਵਿੱਚ ਨਜ਼ਾਰੇ ਲੈਂਦੇ ਨੇ ਆਮ ਜਨਤਾ ਨੂੰ ਪਰੇਸ਼ਾਨ ਕਰ ਰੱਖੇ ਜਿਹੜੇ ਅੰਬਾਨੀ ਅਡਾਨੀ ਨਾਲ ਜਿਹੜੇ ਇਹਨਾਂ ਨੇ ਟਾਈ ਅਪ ਕਰ ਰੱਖੇ ਹੈਗੇ ਉਹਨਾਂ ਦਾ ਅਸੀਂ ਗਿਆਪਨ ਦੇਣ ਆਏ ਸੀ ਆਮ ਆਦਮੀ ਪਾਰਟੀ ਪੂਰੇ ਸ਼ਾਂਤੀ ਘਿਰਾਓ ਕਰਨ ਆਏ ਸੀਗੇ ਉਹਨਾਂ ਦੇ ਘਰ ਦਾ ਔਰ ਉਹਨਾਂ ਦੇ ਘਰ ਜਾ ਕੇ ਅਸੀਂ ਗਿਆਪਨ ਦੇਣਾ ਸੀਗਾ ਆਮ ਆਦਮੀ ਪਾਰਟੀ ਤਰਫ ਤੋਂ ਆਰਜੀ ਨੈਸ਼ਨਲ ਗਰਲਸ ਸੀਨੀਅਰ ਸੈਕੰਡਰੀ ਸਕੂਲ ਸਿਰਸਾ ਸਪੇਸੀਅਸ ਬਿਲਡਿੰਗਸ ਵਿਥ ਪਲੇਗਰਾਊਂਡ ਐਂਡ ਆਡੀਟੋਰੀਅਮ ਹਾਈਲੀ ਕੁਆਲੀਫਾਈਡ ਐਂਡ ਐਕਸਪੀਰੀਅੰਸ ਫੈਕਲਟੀ ਵੈਲ ਸਟੋਕ ਲਾਇਬ੍ਰੇਰੀ ਵੈਲ ਪਲੈਨਡ ਸਰਕੂਲਮ ਡਿਸਿਪਲਿਨ ਐਨਵਾਇਰਮੈਂਟ ਜੀ ਆਰ ਜੀ ਸਕੂਲ ਸਿਰਸਾ ਪਲੇ ਸਕੂਲ ਛੋਟੇ ਬੱਚੋ ਕੇ ਲੀਏ ਜ਼ਿਆਦਾ ਸੁਵਿਧਾਏ ਔਰ ਕਮ ਖਰਚਾ ਪਹਿਲੇ ਆਏ ਪਹਿਲੇ ਪਾਏ ਸੀਟੇ ਲਿਮਿਟਿਡ ਜੀ ਆਰ ਜੀ ਨੈਸ਼ਨਲ ਗਰਲਸ ਸੀਨੀਅਰ ਸੈਕੰਡਰੀ ਸਕੂਲ ਬੀ ਬਲੋਕ ਨੀਅਰ ਦੁਰਗਾ ਮੰਦਿਰ ਸੀ ਐਮ ਕੇ ਕਾਲਜ ਰੋਡ ਸਿਰਸਾ ਮੋਬਾਈਲ ਨੰਬਰ 9416727979779 7015173 4 4